ਖਾਲਸਾ ਰਾਜ ਦੀ ਨੀਂਹ ਰੱਖਣ ਵਾਲੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਨ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਗੁਰਦੁਆਰਾ ਗੜੀ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਵਿਖੇ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਜਥੇਦਾਰ ਸੁੱਚਾ ਸਿੰਘ ਲਗਾ ਅਤੇ ਭਾਰੀ ਤਾਦਾਦ ਵਿੱਚ ਸਿੱਖ ਸੰਗਤਾਂ ਪਹੁੰਚੀਆਂ। ਇਸ ਮੌਕੇ ਸੰਬੋਧਨ ਕਰਦਿਆਂ ਸੁੱਚਾ ਸਿੰਘ ਲੰਗਾਹ ਨੇ ਆਖਿਆ ਕਿ ਉਹ ਕੌਮਾਂ ਕਦੇ ਵੀ ਅੱਗੇ ਨਹੀਂ ਵੱਧ ਸਕਦੀਆਂ ਜੋ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ। ਉਹਨਾਂ ਆਖਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਸ ਤਰ੍ਹਾਂ ਮੁਗਲਾਂ ਦੇ ਜ਼ੁਲਮ ਦੇ ਵਿਰੁੱਧ ਲੜਾਈ ਲੜੀ ਅਤੇ ਉਹਨਾਂ ਦੇ ਦੰਦ ਖੱਟੇ ਕੀਤੇ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਉਪਰੰਤ ਸਿੱਖ ਰਾਜ ਸਥਾਪਿਤ ਕੀਤਾ ਅਤੇ 7.5 ਸਾਲ ਤੱਕ ਰਾਜ ਕੀਤਾ, ਪਰ ਇਸ ਦੇ ਬਾਵਜੂਦ ਆਪਣੇ ਨਾਮ ਦਾ ਸਿੱਕਾ ਨਹੀਂ ਚਲਾਇਆ, ਸਗੋਂ ਗੁਰੂ ਸਾਹਿਬ ਦੇ ਨਾਮ ਦੇ ਹੀ ਸਿੱਕੇ ਚਲਾਏ ਗਏ। ਇਸ ਕਰਕੇ ਸਮੂਹ ਸਿੱਖ ਸੰਗਤ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੂੰ ਸਲਾਮ ਕਰਦੀ ਹੈ। ਦਿਨੇ ਦੇ ਡਰ ਤਾਂ ਕੋਈ ਆਉਂਦਾ ਨਹੀਂ ਸੀ, ਲੇਕਿਨ ਕਦੇ ਕਦੇ ਇੱਥੇ ਵੱਡੀਆਂ ਕਾਨਫਰੰਸਾਂ ਹੋਈਆਂ ਤੇ ਬੜਿਆ ਕੁਝ ਨਹੀਂ। ਇੱਥੇ ਮਾਸਟਰ ਤਾਰਾ ਸਿੰਘ ਜੀ ਵੀ ਆਏ, ਬੀਬੀ ਨਰਲੇਪ ਕੌਰ ਜੀ ਆਏ, ਸੰਤ ਫਤਿਹ ਸਿੰਘ ਜੀ ਆਏ, ਹੋਰ ਵੱਡੇ ਲੀਡਰ ਇਹਨਾਂ ਦੇ ਨਾਲ ਜੈਤਰ ਮੋਹਨ ਸਿੰਘ ਤੁਲ ਜੀ ਵੀ ਆਏ, ਪਰ ਇਹ ਰੜਾ ਮਦਾਨ ਹੀ ਪਿਆ ਹੋਇਆ ਸੀ ਠੀਕਰੀਆਂ ਵਾਲਾ। ਰੱਬ ਜਿਹੜਾ ਆਪਣੇ ਕੰਮ ਆਪ ਸ਼ੁਰੂ ਕਰਾਉਂਦਾ। ਮੇਰੇ ਕੋਲ ਬਾਬਾ ਸੁਲੱਖਣ ਸਿੰਘ ਜੀ ਕਾਰ ਸੇਵਾ ਵਾਲੇ ਸੀ, ਉਹਨਾਂ ਨੇ ਮੈਨੂੰ ਸੁਨੇਹ ਭੇਜ ਕੇ ਤੇ ਇੱਥੇ ਸੱਦਿਆ, ਮੈਨੂੰ ਕਹਿੰਦੇ ਵੀ ਤੁਸੀਂ ਕਾਰ ਸੇਵਾ ਲੈ ਦਿਓ। ਮੈਂ ਕਿਹਾ ਕਾਰ ਸੇਵਾ ਇੱਥੋਂ ਮੇਰੇ ਕਿਹੜਾ ਕਿਹਨੇ ਆਖੇ ਲੱਗਣਾ ਵਾ, ਪਰ ਆਪਾਂ ਕਾਰ ਸੇਵਾ ਸ਼ੁਰੂ ਕਰਨੀ ਹੈ। ਉਹ ਹਾਂ ਨਾ ਕਰਨੀ, ਮੈਂ ਕਿਹਾ ਨਹੀਂ, ਮੇਰੀ ਜ਼ਿੰਮੇਵਾਰੀ ਜਾਣ ਵੀ ਉਦੋਂ ਬੜੀ ਸੀ। ਮੈਂ ਉਹਨਾਂ ਨੂੰ ਇੱਥੇ ਬਿਠਾ ਕੇ ਕਾਰ ਸੇਵਾ ਜਿਹੜੀ ਹੈ ਮੈਂ ਸ਼ੁਰੂ ਕਰਵਾਤੀ। ਕੁਦਰਤ ਰੱਬ ਦੀ ਕਾਰ ਸੇਵਾ ਸ਼ੁਰੂ ਹੋ ਗਈ, ਪਹਿਲਾਂ ਗੁਰਦੁਆਰਾ ਸਾਹਿਬ ਬਣ ਗਿਆ, ਬਾਹਰ ਬਣਿਆ। ਇੱਥੇ ਜਿਹੜਾ ਸਾਡਾ ਮੈਨੇਜਰ ਸੀਗਾ ਲੋਕਲ ਜਾਇਦਾਦ ਦਾ, ਉਹਨੇ ਉਹ ਤੰਗ ਕਰਨਾ ਸ਼ੁਰੂ ਕਰ ਦਿੱਤਾ, ਬਹਾਦੁਰਾਂ ਤੇ ਚਲਾ ਗਿਆ ਤੇ ਮੈਂ ਉਹ ਐਮਐਲਏ ਬਣ ਗਿਆ ਸੀ। ਮੈਨੂੰ ਜਦੋਂ ਪਤਾ ਲੱਗਾ ਮੇਰੇ ਮਨ ਤੇ ਬੜਾ ਵੱਡਾ ਝਟਕਾ ਲੱਗਾ। ਮੈਂ ਉਹਨਾਂ ਨੂੰ ਬੜੀ ਮਿਹਨਤ ਕੀਤੀ ਪਰ ਉਹ ਵਾਪਸ ਨਹੀਂ ਆਏ, ਨਹੀਂ ਆਏ। ਕਦੇ ਕਦੇ 10,000-5,000 ਵੋਟ ਤੇ ਨਵੀਂ ਨਦੀ ਨਿਕਲਦੀ ਹੁੰਦੀ ਸੀ। ਗੁਰੂ ਮਹਾਰਾਜ ਦੀ ਕਿਰਪਾ ਹੋਈ, ਅੱਜ 1,000 ਲੋਕ ਇੱਥੇ ਮੱਥਾ ਟੇਕਦੇ ਨੇ। ਇਸ ਥਾਂ ਦੀ ਆਪਣੀ ਨਵੇਕਲੀ ਥਾਂ ਜਿਹੜੀ ਹੈ ਲੋਕਾਂ ਵਿੱਚ ਜਾਣ ਲੱਗ ਪਈ ਹੈ। ਕਾਲੇ ਦੇ ਲਾਗੇ ਗੁਰੂ ਮਹਾਰਾਜ ਦੀ ਕਿਰਪਾ ਦਾ ਕਾਲੇ ਲਾ ਦਿੱਤਾ, ਇੱਥੇ ਬਾਬਾ ਅਜੀਤ ਸਿੰਘ ਜੀ ਦੇ ਨਾਂ ਤੇ ਕਾਲੇ ਬਣਾ ਦਿੱਤਾ, ਪਬਲਿਕ ਸਕੂਲ ਬਣਾ ਦਿੱਤਾ, ਇਸ ਪਾਸੇ ਡਿਸਪੈਂਸਰੀ ਬਣਾ ਦਿੱਤੀ ਹੈ। ਸਿੰਘ ਸਾਹਿਬ ਜੀ, ਅੱਜ ਮੈਂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਦੀ। ਇੱਥੇ ਪ੍ਰਧਾਨ ਸਾਹਿਬ ਨੇ ਰਾਜ ਕੀਤਾ ਵਾ, ਪਿੱਛੇ ਸਮਾਗਮ ਬੜਾ ਵੱਡਾ ਕੀਤਾ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਦਿੱਲੀ ਬਣਾਇਆ ਜਾ ਰਿਹਾ ਸੀ, ਐਲਾਨ ਕੀਤਾ ਵਾ, ਅਸੀਂ ਗੱਲ ਕੀਤੀ, ਉਹਨਾਂ ਨੇ ਉਹਦੇ ਫੈਸਲਾ ਕਰ ਦਿੱਤਾ। ਅਸੀਂ ਇੱਥੇ ਕਿਲ੍ਹਾ ਬਣਾਉਣਾ ਚਾਹੁੰਦੇ ਹਾਂ ਇਸ ਕਿਲ੍ਹੇ ਦੁਆਲੇ। ਸ਼੍ਰੋਮਣੀ ਕਮੇਟੀ ਦੀ ਕਾਰਵਾਈ 'ਤੇ ਲਿਖਿਆ ਗਿਆ ਵੀ ਇਹ ਪੈਸੇ ਸਾਰੇ ਜਿਹੜੇ ਨੇ ਇਹ ਗੁਰਦੁਆਰੇ ਦੇ ਫੰਡ ਵਿੱਚੋਂ ਜਿਹੜੇ ਨੇ ਖਰਚੇ ਜਾਣਗੇ ਦਰਬਾਰ ਸਾਹਿਬ, ਕਿਉਂਕਿ ਇਹ ਜਾਇਦਾਦ ਸਾਰੀ ਦਰਬਾਰ ਸਾਹਿਬ ਦੇ ਨਾਲ ਅਟੈਚ ਹੈ। ਬੰਦਿਆਂ ਵਾਲੇ ਦੇ ਵਿੱਚ ਤਕਰੀਬਨ 70 ਕਿੱਲੇ ਜ਼ਮੀਨ ਜਿਹੜੀ ਹੈ ਇਸ ਵੀ ਦਰਬਾਰ ਸਾਹਿਬ ਨਾਲ ਅਟੈਚ ਹੈ, ਐਸੇ ਸਥਾਨ ਨੂੰ 10-12 ਕਿੱਲੇ ਆ ਗਈ ਹੈ। ਤੇ ਮੈਂ ਚਾਹੁੰਦਾ ਤੁਹਾਡੇ ਉਪਰਾਲੇ ਨਾਲ ਇੱਕ ਕੰਮ ਸਮਾਗਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 3 ਦਿਨ ਤੋਂ ਇੱਥੇ ਚੱਲ ਰਹੇ ਨੇ। ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਜੀ ਦੇ ਬਹੁਤ ਵੱਡਾ ਉਪਰਾਲਾ ਕੀਤਾ, ਬਾਹਰੋਂ ਮਹਾਂਪੁਰਸ਼ਾਂ ਨੂੰ, ਰਾਗੀ ਸਿੰਘਾਂ ਨੂੰ ਸੱਦ ਕੇ ਇੱਥੇ ਸੰਗਤਾਂ ਦਾ ਇਕੱਠ ਕਰਕੇ ਗੁਰੂ ਬਖਸ਼ਿਸ਼ ਨਾਲ ਇੱਥੇ ਦਿਨ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਬਹੁਤ ਵੱਡੀ ਗਿਣਤੀ ਸੰਗਤਾਂ ਆ ਕੇ ਇਸ ਥਾਂ ਤੇ ਨਤਮਸਤਕ ਹੋਈਆਂ ਤੇ ਜਾਇਦਾਦ ਸੁੱਚਾ ਸਿੰਘ ਲਗਾ ਇਹ ਤਾਂ ਬਹੁਤ ਵੱਡਾ ਉਪਰਾਲਾ ਇਸ ਥਾਂ ਲਈ। ਸੋ ਗੁਰੂ ਕਿਰਪਾ ਕਰੇ, ਰਹਿਮਤ ਕਰੇ, ਜਿਹੜੀਆਂ ਸੰਗਤਾਂ ਇੱਥੇ ਆਈਆਂ ਉਹ ਬਾਬਾ ਬੰਦਾ ਸਿੰਘ ਬਹਾਦਰ ਜਿਹੜੀ ਅਦੁੱਤੀ ਕੁਰਬਾਨੀ ਹੈ ਉਹਦੇ 'ਚ ਕੋਈ ਸਿੱਖ ਜਾਂ ਅੰਮ੍ਰਿਤਧਾਰੀ ਹੋਣ, ਗੁਰੂ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ। ਮੈਂ ਸਾਰੀ ਸੰਗਤ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮਦਿਨ ਦੀ ਲੱਖ ਲੱਖ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਜਗ ਸੇਵਕ ਵੈਬ ਟੀਵੀ।